ਥਾਪੀ ਸੱਚੇ ਪਾਤਸ਼ਾਹ ਵਾਹਿਗੁਰੂ ਮਰਵਾਉਂਦਾ, ਬੰਦੇ ਦੇ ਦਮ ਤੇ ਥਾਪੀ ਨਹੀਂ ਵੱਜਦੀ। ਇਸ ਵੇਲੇ ਦੀ ਬਹੁਤ ਹੀ ਵੱਡੀ ਖੁਸ਼ਖਬਰੀ ਆਈ ਹੈ ਪੰਜਾਬੀ ਜਗਤ ਦੇ ਲਈ। ਜਿੱਥੇ ਪੰਜਾਬੀ ਜਗਤ ਖੁਸ਼ ਹੋਵੇਗਾ, ਉੱਥੇ ਬਾਲੀਵੁੱਡ ਹਾਲੀਵੁੱਡ ਤੱਕ ਸਾਰੇ ਹੀ ਖੁਸ਼ ਹੋਣਗੇ। ਜੀ ਹਾਂ, ਜਿਵੇਂ ਕਿ ਸਿੱਧੂ ਮੂਸੇਵਾਲ ਦੀ ਮੌਤ ਤੋਂ ਬਾਅਦ ਹਰ ਇੱਕ ਦੁਖੀ ਸੀ, ਹਰ ਇੱਕ ਚਾਹੁੰਦਾ ਸੀ ਕਿ ਉਹਨਾਂ ਦੇ ਘਰ ਕੋਈ ਛੋਟਾ ਬੱਚਾ ਹੋਵੇ, ਪਰ ਮਾਂ ਪਿਓ ਦੀ ਉਮਰ ਜ਼ਿਆਦਾ ਹੋਣ ਕਰਕੇ ਬਹੁਤ ਸਾਰੇ ਲੋਕਾਂ ਨੂੰ ਉਮੀਦ ਘੱਟ ਸੀ। ਪਰ ਕਹਿੰਦੇ ਨੇ ਸਾਇੰਸ ਨੇ ਬਹੁਤ ਹੀ ਤਰੱਕੀ ਕਰ ਲਈ ਹੈ, ਸੋ ਹਾਲ ਹੀ ਵਿੱਚ ਇੱਕ ਵੱਡੀ ਜਿਹੜੀ ਖੁਸ਼ਖਬਰੀ ਆਈ ਹੈ ਕਿ ਛੋਟਾ ਸਿੱਧੂ ਮੂਸੇਵਾਲਾ ਹੁਣ ਫੇਰ ਤੋਂ ਇਸ ਦੁਨੀਆਂ ਤੇ ਆਇਆ ਹੈ। ਜੀ ਹਾਂ, ਸਿੱਧੂ ਮੂਸੇਵਾਲੇ ਦੁਬਾਰਾ ਆਪਣੇ ਘਰੇ ਜਨਮ ਲਿਆ ਹੈ। ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਉਹਨਾਂ ਨੇ ਇੰਸਟਾ ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਇੱਕ ਛੋਟੇ ਬੇਬੀ ਨੂੰ ਚੱਕਿਆ ਹੋਇਆ ਹੈ, ਪਿੱਛੇ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਹੋਈ ਹੈ, ਫੋਟੋ ਤੇ ਲਿਖਿਆ ਹੈ ਲੈਜੈਂਡਸ ਨੈਵਰ ਡਾਈ, ਤੇ ਫਾਦਰ ਸਾਹਿਬ ਉਹਨਾਂ ਨੇ ਕੈਪਸ਼ਨ ਲਿਖੀ ਹੋਈ ਹੈ, ਸੁਭਦੀਪ ਨੂੰ ਚਾਹੁਣ ਵਾਲਿਆਂ ਲਈ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸੁਭ ਦਾ ਛੋਟਾ ਵੀਰ ਪਾਇਆ ਹੈ, ਵਾਹਿਗੁਰੂ ਦੀਆਂ ਬਖਸ਼ੀਸਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸੁਭ ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ। ਸੋ ਯਾਰੋ, ਇਹ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਪੰਜਾਬੀ ਜਗਤ ਦੇ ਲਈ। ਹੁਣ ਸਾਰਿਆਂ ਦੀਆਂ ਅਸੀਸਾਂ ਸਿੱਧੂ ਫੈਮਿਲੀ ਦੇ ਨਾਲ ਨੇ, ਆਪਾਂ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਫੈਮਿਲੀ ਤੰਦਰੁਸਤ ਰਹੇ ਤੇ ਇਹ ਛੋਟਾ ਸਿੱਧੂ ਵੀ ਸਿੱਧੂ ਮੂਸੇਵਾਲੇ ਦੇ ਵਾਂਗ ਅਣਖੀ ਸੂਰਮਾ ਨਿਕਲੇ। ਸੋ ਤੁਸੀਂ ਕਮੈਂਟਾਂ ਚ ਵਧਾਈਆਂ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।